ਮੈਂ ਸੁਰਜੀਤ ਸਿੰਘ ਜੰਡਿਆਲਾ ਅਜੀਤ ਵੈੱਬ ਟੀ ਵੀ ਦੇ ਦਰਸ਼ਕਾਂ ਦੇ ਰੂਬਰੂ ਕਰ ਰਿਹਾ ਹਾਂ। ਵਿਧਾਨ ਸਭਾ ਹਲਕਾ ਨਕੋਦਰ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨੂੰ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਦੂਜੀ ਵਾਰ ਜਿੱਤ 'ਤੇ ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ, ਨਾਲ ਹੀ ਜਿੱਤ ਦੇ ਕਾਰਨਾਂ ਬਾਰੇ ਵੀ ਪੁੱਛਦੇ ਹਾਂ ਕਿ ਦੂਜੀ ਵਾਰ ਜਿੱਤ ਦੇ ਕੀ ਕਾਰਨ ਨੇ। ਸਾਰੀ ਅਜੀਤ ਵੈੱਬ ਟੀ ਵੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਇਹ ਮੌਕਾ ਦਿੱਤਾ ਆ। ਨਾਲ ਜਿੱਥੇ ਇਸ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ, ਸਾਰੇ ਇਲਾਕੇ ਨੂੰ, ਸਾਰੇ ਸਤਿਕਾਰਯੋਗ ਵੋਟਰ ਸਾਹਿਬਾਨਾਂ ਨੂੰ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਹਿਬਾਨਾਂ ਨੂੰ, ਤਾਂ ਪਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਅੱਗੇ ਪਰਮ ਪਿਤਾ ਪਰਮੇਸ਼ਵਰ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਹੀ ਇਹ ਸਾਨੂੰ ਸਾਰਿਆਂ ਨੂੰ ਜਿੱਤ ਨਸੀਬ ਹੋਈ ਹੈ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਸਾਨੂੰ ਫਿਰ ਇੱਕ ਵਾਰੀ 5 ਸਾਲਾਂ 'ਚ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਗੁਰੂ ਮਹਾਰਾਜ ਨੇ ਬਖਸ਼ਿਆ ਹੈ। ਸੋ ਉਹਨਾਂ ਦੇ ਵੀ ਧੰਨਵਾਦੀ ਹਾਂ। ਅਤੇ ਇਹ ਜਿਹੜੀ ਜਿੱਤ ਸਾਡੀ ਹੋਈ ਹੈ, ਮੈਂ ਸਮਝਦਾ ਕਿ ਜਿਹੜੇ ਪਿਛਲੇ ਅਸੀਂ 5 ਸਾਲਾਂ 'ਚ ਕੰਮ ਕੀਤੇ ਸੀਗੇ, ਜਿਹੜੀ ਸੇਵਾ ਕੀਤੀ ਸੀ ਪਿਛਲੇ 5 ਸਾਲਾਂ 'ਚ ਆਪਣੇ ਹਲਕੇ ਦੀ, ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ, ਲੋਕਾਂ ਦੀਆਂ ਤਕਲੀਫਾਂ ਦਾ ਹੱਲ ਕੀਤਾ ਸੀ, ਅਤੇ ਨਾਲ ਨਾਲ ਜਿਹੜੇ ਵਿਕਾਸ ਦੇ ਕੰਮ ਕੀਤੇ ਆ, ਡਿਵੈਲਪਮੈਂਟ ਦੇ ਕੰਮ ਕੀਤੇ ਆਪਣੇ ਹਲਕੇ ਵਿੱਚ, ਜਿਹੜੇ ਸਾਡੇ ਹਲਕੇ ਦੇ ਕੰਮ ਪਿਛਲੇ 15-20 ਸਾਲਾਂ ਤੋਂ ਲਟਕਦੇ ਆ ਰਹੇ ਸਨ, ਉਹਨਾਂ ਨੂੰ ਅਸੀਂ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਸਾਰੇ ਹਲਕੇ ਵਿੱਚ ਮੂੰਹ ਬੋਲੀ ਤਸਵੀਰ ਹੈ ਸਾਡੀ, ਇਹਨਾਂ 5 ਸਾਲਾਂ ਦਾ ਜਿਹੜਾ ਕੰਮਕਾਜ ਹੋਇਆ ਉਹਦੇ ਕਰਕੇ ਇਹ ਸਾਨੂੰ ਜਿਹੜੀ ਨਕੋਦਰ ਦੀ ਸੰਗਤ ਨੇ ਬਹੁਤ ਵੱਡਾ ਮੌਕਾ ਦੁਆਰਾ ਫਿਰ ਵਿਧਾਨ ਸਭਾ ਵਿੱਚ ਜਾਣ ਦਾ ਦਿੱਤਾ ਆ। ਸੋ ਇਸ ਕਰਕੇ ਇਹ ਜਿਹੜੀ ਸਾਨੂੰ ਜਿੱਤ ਨਸੀਬ ਹੋਈ ਹੈ। ਵਡਾਲਾ ਸਾਹਿਬ, ਜਿੱਤ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਅਤੇ ਜਿੱਤ ਦਾ ਸਿਹਰਾ ਕਿਸ ਨੂੰ ਦੇਣਾ ਚਾਹੁੰਦੇ ਹੋ? ਜਿੱਤ ਦਾ ਸਿਹਰਾ ਤਾਂ ਸਾਰੀ ਜਿੰਨੇ ਆਪਣੇ ਸਾਥੀ ਹੁੰਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ, ਭਾਰਤੀ ਜਨਤਾ ਪਾਰਟੀ ਦੇ ਵਰਕਰ, ਲੀਡਰ, ਸਾਥੀ ਸਾਹਿਬਾਨ, ਆਗੂ ਸਾਹਿਬਾਨ, ਸਭ ਨੇ ਬੜਾ ਆਪਣੇ ਤਨਦੇਹੀ ਨਾਲ, ਨੇਕ ਨੀਤੀ ਨਾਲ, ਇਮਾਨਦਾਰੀ ਨਾਲ ਪਿਛਲੇ 5 ਸਾਲਾਂ 'ਚ ਕੰਮ ਕੀਤਾ ਸਾਡੇ ਨਾਲ, ਮੋਢੇ ਦਾ ਮੋਢਾ ਲਾ ਕੇ। ਇਹ ਜਿਹੜੀ ਜਿੱਤ ਟੀਮ ਦੀ ਹੁੰਦੀ ਹੈ, ਇਕੱਲੀ ਕਿਸੇ ਵਿਅਕਤੀ ਦੀ ਜਿੱਤ ਨਹੀਂ, ਹਾਂ ਪਾਰਟੀਆਂ ਦੀ ਤਾਂ ਹੁੰਦੀ ਆ, ਪਰ ਮੈਂ ਸਮਝਦਾ ਕਿ ਸਾਡੀ ਟੀਮ ਦੀ ਜਿੱਤ ਆ, ਆਪਣੀਆਂ ਦੋਹਾਂ ਪਾਰਟੀਆਂ ਦੇ ਜਿਹੜੇ ਵਰਕਰ ਆ ਉਹਨਾਂ ਦੀ ਜਿੱਤ ਆ। ਉਹਨਾਂ ਨੇ ਸਾਡੇ ਨਾਲ ਪਿਛਲੇ 5 ਸਾਲਾਂ 'ਚ ਪੂਰਾ ਆਪਣੇ ਰੋਲ ਅਦਾ ਕਰਕੇ, ਪੂਰੀ ਮਿਹਨਤ ਨਾਲ ਉਹਨਾਂ ਨੇ ਹਲਕੇ ਵਿੱਚ ਆਪਣਾ ਯੋਗਦਾਨ ਪਾਇਆ, ਲੋਕਾਂ ਦੇ ਕੰਮਕਾਰ ਕੀਤੇ, ਅਤੇ ਇਲੈਕਸ਼ਨ ਨੂੰ ਵੀ ਬਹੁਤ ਤਕੜੇ ਹੋ ਕੇ ਲੜਿਆ, ਕਰਕੇ ਇਲੈਕਸ਼ਨ ਤਾਂ ਆਪਣੀ ਟੀਮ ਨਾਲ ਲੜੀ ਜਾਂਦੀ ਹੈ। ਸੋ ਉਸ ਲਿਹਾਜ਼ ਨਾਲ ਇਹ ਸਾਡੀ ਸਾਰੀ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੀ ਅਤੇ ਆਪਣੇ ਸਾਰੇ ਜਿਹੜੇ ਨਜ਼ਦੀਕੀ ਸਾਥੀ ਨੇ ਉਹਨਾਂ ਦੀ ਸਾਰੀ ਇਹ ਟੀਮ ਦੀ ਜਿੱਤ ਆ। ਹਲਕੇ ਦੇ ਉਹ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਜਿੱਤ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੋਗੇ? ਦੇਖੋ ਜੀ, ਬਹੁਤ ਸਾਰੇ ਮਸਲੇ ਆ ਜਿਹੜੇ ਨਹੀਂ ਆਪਾਂ ਇਹਨਾਂ 5 ਸਾਲਾਂ 'ਚ ਹੱਲ ਕਰਾ ਸਕਦੇ, ਕਰਕੇ 5 ਸਾਲ ਦਾ ਜਿਹੜਾ ਸਮਾਂ ਆ ਉਹ ਇੰਨਾ ਜ਼ਿਆਦਾ ਨਹੀਂ ਹੁੰਦਾ ਸਾਰੇ ਸਮੁੱਚੇ ਕੰਮਾਂ ਨੂੰ ਪੂਰੇ ਕਰਨ ਵਾਸਤੇ। ਸੋ ਕਈ ਅਧੂਰੇ ਕੰਮ ਰਹਿ ਗਏ ਨੇ ਪਿੰਡਾਂ ਦੇ ਵਿੱਚ, ਜਿਵੇਂ ਆਪਣੇ ਸਿੱਖਿਆ ਦੇ ਖੇਤਰ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਕੂਲਾਂ ਦਾ ਬਹੁਤ ਵਧੀਆ ਹੋਰ ਚੰਗੇ ਤਰੀਕੇ ਨਾਲ ਨਿਰਮਾਣ ਹੋਵੇ, ਨਾਲ ਨਾਲ ਖੇਡਾਂ ਦੀਆਂ ਜਿਹੜੀਆਂ ਸਹੂਲਤਾਂ ਆ ਪਿੰਡਾਂ ਵਿੱਚ ਉਹਨਾਂ ਨੂੰ ਵੀ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਕਿ ਹਰ ਪਿੰਡ ਵਿੱਚ ਸਪੋਰਟਸ ਦਾ ਜਿਹੜਾ ਢਾਂਚਾ, ਇਨਫਰਾਸਟ੍ਰਕਚਰ ਆ ਉਹਨੂੰ ਵਧੀਆ ਤਰੀਕੇ ਨਾਲ ਮੁਕੰਮਲ ਕਰ ਸਕੀਏ। ਅਸੀਂ ਇਹ ਕਾਲਜ ਬਣਾਇਆ ਸੀਗਾ ਆਪਣੇ ਹਲਕੇ ਵਿੱਚ, ਜਿਸ ਦੀ ਡਿਮਾਂਡ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ, 20-25 ਸਾਲਾਂ ਤੋਂ ਲੋਕ ਮੰਗਦੇ ਸੀ, ਸਰਕਾਰੀ ਕਾਲਜ ਅਸੀਂ ਬਣਾਉਣ ਵਿੱਚ ਕਾਮਯਾਬ ਹੋਏ, ਚੱਲ ਰਿਹਾ। ਇੱਕ ਹੋਰ ਅਸੀਂ ਲੜਕੀਆਂ ਦਾ ਕਾਲਜ ਵੀ ਖੋਲ੍ਹਣਾ ਚਾਹੁੰਦੇ ਹਾਂ ਆਪਣੇ ਹਲਕੇ ਵਿੱਚ, ਬੇਟ ਦੇ ਏਰੀਏ 'ਚ, ਤਾਂ ਕਿ ਆਪਣੇ ਹਲਕੇ ਦੀਆਂ ਜਾਂ ਆਸ ਪਾਸ ਦੇ ਇਲਾਕੇ ਦੀਆਂ ਲੜਕੀਆਂ ਵੀ ਉੱਥੇ ਆ ਕੇ ਪੜ੍ਹ ਸਕਣ। ਸੋ ਬੜੇ ਐਸੇ ਕੰਮ ਨੇ ਜਿਹੜੇ ਨਹੀਂ 5 ਸਾਲਾਂ 'ਚ ਪੂਰੇ ਹੋ ਸਕੇ, ਅਤੇ ਅਸੀਂ ਚਾਹੁੰਦੇ ਹਾਂ ਕਿ ਸੰਗਤ ਦੇ ਆਸਰੇ ਨਾਲ, ਲੋਕਾਂ ਦੇ ਸਹਿਯੋਗ ਨਾਲ, ਜਨਤਾ ਦੀ ਮਦਦ ਨਾਲ ਅਸੀਂ ਇਹਨਾਂ ਕੰਮਾਂ ਨੂੰ ਇਹਨਾਂ 5 ਸਾਲਾਂ 'ਚ ਆਪਣੇ ਪੂਰਾ ਕਰ ਸਕੀਏ। ਵਿਰੋਧੀ ਧਿਰ ਵਜੋਂ ਤੁਹਾਡਾ ਕੀ ਰੋਲ ਰਹੇਗਾ? ਦੇਖੋ, ਵਿਰੋਧੀ ਧਿਰ ਦਾ ਰੋਲ ਤਾਂ ਇਹੀ ਹੁੰਦਾ ਕਿ ਸਰਕਾਰ ਦੀ ਜਿਹੜੀ ਹੈਗੀ ਕਾਰਗੁਜ਼ਾਰੀ ਉਹ 'ਤੇ ਪੂਰੀ ਐਨ ਤਿੱਖੀ ਨਿਗਾਹ ਰੱਖਣੀ। ਜਿਹੜਾ ਆਪਣੇ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਜਿਹੜੇ ਪੰਜਾਬੀਆਂ ਨੇ ਵਾਅਦੇ ਕੀਤੇ ਸੀਗੇ, ਪਹਿਲਾਂ ਤਾਂ ਉਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਅਦਿਆਂ ਨੂੰ ਪੂਰੇ ਕਰਨ। ਸਭ ਤੋਂ ਵੱਡੀ ਤਾਂ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ। ਅਗਰ ਉਹ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਆ, ਵਾਅਦੇ ਪੂਰੇ ਹੋਣਗੇ, ਤਾਂ ਬੜੀ ਚੰਗੀ ਗੱਲ ਹੈ। ਅਸੀਂ ਉਹਨਾਂ ਨਾਲ ਕੋਆਪਰੇਟ ਵੀ ਕਰਾਂਗੇ ਅਤੇ ਉਹਨਾਂ ਦੀ ਇਸ ਗੱਲ ਨੂੰ ਅਸੀਂ ਸਿਫਤ ਵੀ ਕਰਾਂਗੇ। ਅਤੇ ਬਾਕੀ ਹੈ ਵੀ ਅਸੀਂ ਜਨਤਾ ਦੇ ਹੱਕਾਂ ਲਈ ਲੜਦੇ ਰਹਾਂਗੇ। ਆਪਣੇ ਹਲਕੇ ਵਿੱਚ ਅਸੀਂ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਪਿਛਲੇ 5 ਸਾਲਾਂ 'ਚ, ਕੋਈ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਕੋਈ ਐਸਾ ਮੌਕਾ ਨਹੀਂ ਦਿੱਤਾ ਕਿਸੇ ਨੂੰ ਸ਼ਿਕਾਇਤ ਦਾ। ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਇਸੇ ਤਰੀਕੇ ਨਾਲ ਬਿਨਾਂ ਕਿਸੇ ਬਦਲਾ ਲਾਓ ਦੀ ਭਾਵਨਾ ਨੂੰ ਆਪਣੇ ਪਿੱਛੇ ਛੱਡਦੇ ਹੋਏ, ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਅਸੀਂ ਉਹ ਪੋਲੀਟਿਕਸ ਨਹੀਂ ਅੱਗੇ ਵਾਲੀ ਕਰਨੀ ਜਿਹੜੀ ਬਦਲਾ ਲਓ ਭਾਵਨਾ ਵਾਲੀ ਸੀਗੀ, ਬਹੁਤ ਚੰਗੀ ਗੱਲ ਆ, ਉਹਦੀ ਅਸੀਂ ਉਹਨੂੰ ਆਪਣੇ ਕਰਦੇ ਹਾਂ, ਉਹਦੀ ਸਿਫਤ ਕਰਦੇ ਹਾਂ ਅਤੇ ਉਹਦੀ ਪ੍ਰਸ਼ੰਸਾ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ। ਪਰ ਚਾਹੁੰਦੇ ਹਾਂ
कि अपना एज विरोधी जिहड़ा हैगा साडा रोल आ विरोधी धिर दा असी पूरा रोल अदा करिए सरकार दीआं पॉलिसियां ते पूरा पहरा देईए ते जनता नूं जनता दे बणदे हक लैके देईए। मौजूदा सरकार वालों लागू कीतियां की लोक पक्षी नीतियां दी आप हमायत करोगे बड़ाला साहब? हजे तो सरकार ने अपना काम कार शुरू किया जी, हजे तो अपने पहला महीना चल रहा सरकार का, पर मैं जरूर समझना कि जिहड़े काम सरकार चंगे करूगी जनता वास्ते असी उन्हां दी प्रशंसा करांगे, असी उन्हां नूं वेलकम करांगे, कोई इदां दी गल नहीं। असी नुक्ताचीनी खातर नहीं, असी वो नुक्ताचीनी करनी या क्रिटिसिजम उहदे लई नहीं करना, सिर्फ उहदे लई क्रिटिसाइज करन वास्ते। अगर सरकार चंगे काम करदी है अपने वादे पूरे करदी है तो असी जरूर उहनूं वेलकम करांगे, ते असी आस रखदे हां कि पंजाब दा माहौल चंगा बनना चाहिए आ, आपस में पार्टियां का भी जिहड़ा तालमेल आ जां सद्भावना कायम रहनी चाहिए है पंजाबियों विच, तां कि इत्थे अमन शांति भी रहे ते किसे दे नाल कोई वितकरा जां धक्का ना होवे। ते असीं इह आस करदे हां कि सरकार अपने चंगे कदम चुकूगी ते पंजाबियों की सेवा विच अपने जिहड़ा रोल बनता सरकार का या जिहड़े उन्होंने वादे किए से उह पंजाबियों वास्ते पूरे करनगे। कांग्रेस सरकार वालों VIP कल्चर खत्म करने संबंधी किए गए फैसले संबंधी आप जी का की विचार है? बड़ी चंगी गल है जी, VIP कल्चर खत्म करता उन्होंने, असी तो पहले आप नहीं कभी लाल बत्ती लाई सी, असी इस VIP कल्चर दे शुरू तो ही उल्ट सके, नहीं चाहिए VIP कल्चर। जिहड़े MLA ने MP ने या जिहड़े मिनिस्टर ने चाहे कोई भी किसे किहड़े वड्डे अहुदे ते क्यों ना बैठा होवे, वो कोई जनता तो उपर नहीं हुंदा, ये लोगों की शक्ति है, लोग शक्ति दिंदे ने नुमाइंदियां नूं इलैक्ट करदे ने विधानसभा विच पार्लीमेंट विच, ते शक्ति द्वारा लोगों नूं मोड़नी चाहिए है, ना कि अपने परिवार लई या अपने निजी हितां लई नहीं वरतनी चाहिए। सो जिहड़ा अपना VIP कल्चर आ इहनूं खत्म करन वास्ते अगर सरकार ने अपने इस वचन ते पहरा दिता, इहनूं कायम रखिया तो बड़ी चंगी गल आ, पर हजे तां कई तरह के किंतु परंतु आ रहे ने। सरकार दे कई मिनिस्टर भी कह रहे हैं कि सानूं तां मसीं लाल बत्ती मिली आ तो असीं तां लाउणी लाउणी, अज भी कई MLA दे बयान आए आ, कई मिनिस्टर ने भी गल आखी है। चलो ये तो उन्हां दी अपनी उन्हां दी सोच आ, उन्हां दी पार्टी MLA की या मिनिस्टर की, पर असी पहला भी इस कल्चर के उल्ट सके, हूँ भी असी जे सरकार लागू करे तो असी वेलकम करांगे। इस नकोदर विधानसभा हल्के तो चुने गए विधायक सरदार गुरप्रताप सिंह बडाला, अगली बार फिर एक नवे चुने गए विधायक साहब ना आपकी मुलाकात करावे। धन्यवाद।